लो जी अस्सलाम वालेकुम जनाब, मंडी अमीनपुर बंगला जनाब तुम असं दिखा रहे जी। माशाल्लाह बहुत प्यारा व्यू है जी अमीनपुर बंगले का। तो लो जनाब एक शाजो गड्डी घोड़ियाँ लैके आई है और जाहिर तो घोड़ियाँ माशाल्लाह खूबसूरत लग रही ने, अच्छी लग रही ने। बाकी फिर थले लथियाँ तो पता लगेगा भी कैसिया ने घोड़ियाँ। वैसे कद काठ वाली घोड़ी है सारी जी खड़ोती हुई है, नमस्कार चंगे जो काठ वाली घोड़ी है। तो जनाब जी हले दिकर जो तुम साढ़े चैनल में हाले भी सबसक्राइब नहीं किया तो मर्जी है फिर थोड़ी, तो बैल आइकन जरूर प्रेस करा जे, तो वीडियो में दोस्तों के नाल शेयर करो बाबे नवाज के चैनल में, तो अपने चैनल में जनाब अगे लैके आओ। तो लो जनाब तीन जानवर और वांस वूंस भी लैके आए जी, देखो ये टेंट शेंट लाने गए थे। इंशाल्लाह लोडिंग भी बनाने यानी कि लेंदे ते ड्राइवर जी ना गड्डी दा ड्राइवर तारक जम्मट पूरे तो 47 243 वो कितने ले जाने जनाब उत्थे लावेगा जे इत्थे ला लो जनाब असीं सवेरे सवेरे आ गए जे अमीनपुर मंडी। नाल घोड़ियां लाने ने नाल सियासी गल्लां करदे ने, गद्दारी नहीं कीता गद्दारी नहीं कीता पर गल्लां भी सुनने आ। जनाब इधर कर जमीनपुर ऐसा भी घोड़ी अच्छी घोड़ी है और एक लैन लगे जो मुश्किल रहेगा ए, नाम तारक है तारक किन्ने किन्ना किराया चाहिए जी? हाँ
ਕਿਹੜੀ ਜਗ੍ਹਾ ਤੋਂ? ਮੀਆਂ ਵਾਲੀ ਤੋਂ। ਲਓ ਜੀ 13,000 ਰੁਪਏ ਚ ਮੀਆਂ ਵਾਲੀ ਤੋਂ ਆਈ ਜੇ ਗੱਡੀ, ਤੇ ਲੈ ਕੇ ਵੀ ਜਾਣਾ ਇਹਨਾਂ ਨੂੰ। ਅੱਛਾ, ਲਓ ਜੀ ਤਾਰਕ ਇਹਦਾ ਨਾਮ ਜੇ, ਨੰਬਰ ਤੁਹਾਨੂੰ ਮੈਂ ਦੱਸ ਦਿੱਤਾ ਜੀ। ਇਹ ਦੇਖੋ, ਜੇਕਰ ਮੀਆਂ ਵਾਲੀ ਦਾ ਕੋਈ ਨੇੜੇ ਤੇੜੇ ਹੋ ਤਾਂ ਤੁਸੀਂ ਇਹਨੂੰ ਕਾਲ ਕਰ ਸਕਦੇ ਜੀ, ਤਾਰਕ ਨੂੰ। ਅਤੇ ਲਓ ਜਨਾਬ, ਅਸੀਂ ਆਪਦੀ ਵੀਡੀਓ ਬਣੇ ਵਧਦੇ ਹਾਂ। ਅਤੇ ਤੁਹਾਨੂੰ ਸਭ ਨਾਲੋਂ ਪਹਿਲਾਂ ਜਨਾਬ, ਕਿ ਵਪਾਰੀ ਇਹਨੂੰ ਪਵੇ ਹੀ ਨਾ। ਕਈ ਐਸੇ ਵਪਾਰੀ ਨੇ ਜਿਹੜੇ ਇਹੋ ਹੀ ਜਾਨਵਰ ਲੈ ਲੈਂਦੇ ਨੇ ਅਤੇ ਫਿਰ ਮਹਿੰਗੇ ਦਾਮ ਵੇਚਦੇ ਨੇ। ਅਤੇ ਲਓ ਜਨਾਬ, ਅਸੀਂ ਤੁਹਾਨੂੰ ਰੇਟ ਸ਼ੇਟ ਦਾ ਪੁੱਛ ਕੇ ਦਿੰਦੇ ਹਾਂ ਜੀ। ਅਸਲਾਮ ਵਾਲੇਕੁਮ ਜੀ। ਵੀਰ ਜੀ, ਇਹ ਕਿੰਨੀ ਉਮਰ ਹੈ ਇਹਦੀ ਮੁਸ਼ਕਨ ਦੀ? ਚਾਰ ਲੱਗੀ ਹੈ। ਲਓ ਜੀ, ਘੋੜੀ ਦਾ ਗੌਰ ਨਾਲ ਵੇਖ ਲਵੋ, ਮੁਸ਼ਕੇ ਰੰਗ ਦੀ ਚਾਰ ਲੱਗੀ ਹੋਈ ਹੈ, ਸੋਹਣੀ ਮਾਸ਼ਾਅੱਲਾ। ਅਤੇ ਇਹਦੀ ਕੀਮਤ? ਦੋ ਲੱਖ ਰੁਪਇਆ। ਕੋਈ ਸੂਆ ਵਗੈਰਾ ਵੀ ਕੋਈ ਦਿੱਤਾ ਹਾਲੇ ਕੋਈ? ਬਿਲਕੁਲ ਕੋਰੀ। ਅਤੇ ਜਨਾਬ, ਕੋਈ ਨੰਬਰ ਆਪਣਾ ਜੀ? 0304 ਹੈ, 94 13। ਅੱਛਾ, 64 13 658। 2 ਲੱਖ ਰੁਪਏ। ਲਓ ਜਨਾਬ, 2 ਲੱਖ ਰੁਪਏ ਦੀ ਕੋਠੀ ਤੇ ਤੁਹਾਨੂੰ ਦਿਖਾਉਂਦਾ ਪਿਆ ਜੀ ਕਿ ਮੈਂ ਅੱਜ ਜਿਹੜਾ ਨਾ ਵਪਾਰੀਆਂ ਤੋਂ ਪਹਿਲੇ ਆਇਆ ਜੀ, ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਇੱਥੋਂ ਵਪਾਰੀ ਇੱਥੋਂ ਹੀ ਜਾਨਵਰ ਖਰੀਦ ਕੇ ਅਤੇ ਉਹ ਇੱਥੋਂ ਹੀ ਲੈ ਲੈਂਦੇ ਨੇ। ਮਾਸ਼ਾਅੱਲਾ। ਅਤੇ 2 ਲੱਖ ਰੁਪਇਆ ਜਨਾਬ ਇਹ ਘੋੜੀ ਦਾ ਇਹ ਮੰਗ ਰਹੇ ਜੀ, ਔਰ ਲੈ ਕੇ ਆਏ ਨੇ ਤੁਹਾਡੇ ਸਾਹਮਣੇ। ਔਰ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦਿਖਾਇਆ ਕਿ ਕਿਸ ਤਰ੍ਹਾਂ ਇਹ ਜਾਨਵਰ ਆਏ ਨੇ। ਮਾਸ਼ਾਅੱਲਾ, ਪੈਰ ਸ਼ਹਿਰ ਮਾਸ਼ਾਅੱਲਾ, ਬਹੁਤ ਖੂਬਸੂਰਤ ਚੀਜ਼ ਹੈ। ਨੰਬਰ ਤੁਹਾਨੂੰ ਮੈਂ ਦੱਸ ਦਿੱਤਾ। ਅਤੇ ਲਓ ਜਨਾਬ, ਮਾਸ਼ਾਅੱਲਾ, ਇਹਦੇ ਵੀ ਤੁਹਾਨੂੰ ਪੈਸੇ ਦੱਸਣੇ। ਵੀਰ ਜੀ, ਕਿੰਨੇ ਪੈਸੇ ਜਾਂਦੇ ਹੈ? 1.5 ਲੱਖ। 1,50,000। ਲਓ ਜੀ, 1,50,000 ਰੁਪਏ ਜੀ। ਅਤੇ ਉਮਰ ਕਿੰਨੀ ਹੈ ਜੀ? ਹੈਂ, ਬਹੁਤ। ਅਤੇ ਆ ਸਾਵੀ ਦੇ ਜਨਾਬ, ਸਾਵੀ ਦੇ ਕਿੰਨੇ ਪੈਸੇ? 2 ਲੱਖ। ਅਤੇ ਮੂੰਹ ਕੀ ਹੋ ਗਈ? 5 ਉਂਗਲਾਂ। 2 ਲੱਖ ਰੁਪਇਆ ਜੀ ਸਾਵੀ ਦਾ ਜੀ। ਅਤੇ ਨੰਬਰ ਪਾਈ ਉਹਨਾਂ ਦਾ ਤੁਹਾਡੇ ਕੋਲ ਆ ਗਿਆ। ਇਹ ਦੇਖੋ, ਸਾਫ਼ ਸੁਥਰੀ ਘੋੜੀ ਜੇ, ਪੈਰ ਪੂਰ ਸਾਫ਼ ਹੈਗੇ ਜੇ, ਅਤੇ ਗਮਚੇ ਗੁਮਚੀਆਂ ਵੀ ਸਾਫ਼ ਨੇ। ਉਂਝ ਵੀ ਕਦਾਵਰ ਘੋੜੀ ਹੈ, ਡਬਲ ਬਾਡੀ ਦੀ ਘੋੜੀ ਹੈਗੀ ਹੈ, ਅਤੇ ਸੋਹਣੀ ਘੋੜੀ ਹੈ। ਅਤੇ ਲਓ ਜਨਾਬ, ਸਾਡੀ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਜੀ। ਇਨਸ਼ਾਅੱਲਾ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਚਲ ਪੁੱਤਰ, ਚਲ ਅੱਲਾ ਹਾਫਿਜ਼।